ਤੁਹਾਨੂੰ ਪਤਾ ਵੀ ਅਸੀਂ ਇਹਨੇ ਸਪੈਲ ਦੇ ਵਿੱਚ ਹੁਣ ਇਸ ਟਾਈਮ ਤੇ ਬਾਈ ਦੀਪ ਆ ਸਾਡੇ ਪੂਰਾ ਨਾਮ ਪਰਮਦੀਪ ਸਿੰਘ ਹਾਂਜੀ ਤੇ ਉਹ ਅਸੀਂ ਕਈਆਂ ਨੂੰ ਪੁੱਛ ਬੈਠੇ ਤੇ ਉਹ ਮੇਰੇ ਵਾਲੀ ਹੋਈ ਮੇਰੇ ਘਰੇ ਮੇਰੀ ਮਾਂ ਨੂੰ ਆ ਕੇ ਪੁੱਛ ਲਿਆ ਕਿਸੇ ਨੇ ਕਹਿੰਦੇ ਗੁਰਸ਼ਮਿੰਦਰ ਸਿੰਘ ਇੱਥੇ ਰਹਿੰਦਾ ਕਹਿੰਦੀ ਇਹ ਤਾਂ ਸੁਣੇ ਅੱਜ ਉਹ ਬਾਈ ਨਾਲ ਵੀ ਇਹੀ ਹੋਈ ਫਿਰ ਜਦੋਂ ਅਸੀਂ ਦੀਪ ਗਿਆ ਥੋੜ੍ਹਾ ਇਹਨੂੰ ਪਤਾ ਲੱਗਾ ਫਿਰ ਜਦੋਂ ਦੀਪੂ ਤੇ ਆ ਗਏ ਨਾ ਅਸੀਂ ਤੇਰਾ ਤੇ ਸਾਰੇ ਜਾਣਦੇ ਸੋ ਇਹ ਪਿਆਰ ਦੇ ਨਾਂ ਹੁੰਦੇ ਆ ਬਾਈ ਦੀਪ ਕਿੰਨੀ ਖੇਤੀ ਕਰ ਰਹੇ ਸੀ ਕਿਲੇ ਦੀ ਕੇਲੇ ਦੀ ਸਾਡੀ ਤਕਰੀਬਨ ਹੈਗਾ ਜੀ 65 ਏਕੜ ਲੱਗਿਆ ਹੋਇਆ ਫਾਰਮ ਦਾ ਸਾਈਜ਼ ਹੈਗਾ ਜੀ ਸਾਡਾ 100 ਏਕੜ ਦਾ ਜੀ 30 ਏਕੜ ਗੰਨਾ ਤੇ 65 ਏਕੜ ਜੀ ਆਪਣਾ ਬਣਾਉਣਾ ਕਿੰਨਾ ਚਿਰ ਤੋਂ ਕਰ ਰਹੇ ਉੱਥੇ ਇਹ ਸਾਨੂੰ ਤੀਜਾ ਸਾਲ ਹੋ ਗਿਆ ਜੀ 2015 'ਚ ਐਕਚੁਲੀ ਇਹ ਸਾਰਾ ਜੀ ਸ਼ੂਗਰ ਕੇਨ ਫਾਰਮ ਸੀ ਅੱਛਾ ਅਸੀਂ 40 ਏਕੜ ਤੋਂ ਸਟਾਰਟ ਕੀਤਾ ਪਲਾਂਟ ਕੀਤਾ 40 ਏਕੜ ਤੋਂ ਜੀ ਫਿਰ 2015 'ਚ ਪਲਾਂਟ ਕੀਤਾ 2016 'ਚ ਪਹਿਲੀ ਫਸਲ ਆਈ ਜੀ ਇਹਦੀ ਅੱਛਾ ਅਤੇ ਹੁਣ ਅਸੀਂ ਲਾਸਟ ਈਅਰ ਕੀਤਾ ਜੀ 25 ਕਿੱਲੇ ਹੋਰ ਪਲਾਂਟ ਹੋਰ ਕੀਤਾ ਤੁਹਾਡੇ ਬ੍ਰਦਰ ਆਕਾਸ਼ ਬਾਈ ਅਤੇ ਆਹ ਜੀ ਆਪਣਾ ਹਰਪ੍ਰੀਤ ਇਹਦਾ ਨਾਲ ਇੱਥੇ ਸਹਿਯੋਗ ਦਿੰਦੇ ਆ ਹਾਂਜੀ ਫੈਮਿਲੀ ਬਿਜ਼ਨਸ ਆ ਪੂਰਾ ਫੈਮਿਲੀ ਬਿਜ਼ਨਸ ਹਾਂਜੀ ਹਾਂ ਤਾਂ ਕਿ ਇਨਪੁੱਟ ਪਾਉਂਦਾ ਹੁਣ ਅੱਜ ਜਿਹੜੀ ਪਿਕਿੰਗ ਚੱਲ ਰਹੀ ਹੈ ਤੁਹਾਡੀ ਕੀ ਕਹਿੰਦੇ ਨੂੰ ਸਾਡੇ ਤਾਂ ਪਿਕਿੰਗ ਜਿਵੇਂ ਸੰਤਰਿਆਂ ਦੀ ਕਹਿੰਦੇ ਹੰਪਿੰਗ ਵੀ ਕਹਿ ਦਿੰਦੇ ਜੀ ਹੰਪਿੰਗ ਚੱਲ ਰਹੀ ਹੈ ਜੀ ਕਟਿੰਗ ਚੱਲ ਰਹੀ ਹੈ ਜੀ ਸੋ ਆਪਾਂ ਅੱਜ ਹੰਪਿੰਗ ਅਤੇ ਕਟਿੰਗ ਤੋਂ ਸ਼ੁਰੂ ਕਰਕੇ ਫਿਰ ਸਾਰਾ ਪ੍ਰੋਸੈਸ ਸਾਨੂੰ ਨਾਲ ਦੀ ਨਾਲ ਦੱਸ ਦੇ ਇੱਥੇ ਜਿਹੜੇ ਬੈਗ ਆ ਬੈਗ ਮੈਂ ਦੇਖ ਰਿਹਾ ਨੀਲੇ ਲਾਲ ਪੀਲੇ ਕੋਈ ਤੋਤਿਆਂ ਦੇ ਵਾਸਤੇ ਆ ਨਹੀਂ ਬਾਈ ਇਹ ਪਤਾ ਕੀ ਆ ਕਿ ਹਰ ਇੱਕ ਵੀਕ ਜਿਵੇਂ ਤੁਹਾਨੂੰ ਅਸੀਂ ਸਮਝਾਇਆ ਵੀ ਕਿ ਬੈਲ ਲੱਗਦੀ ਹੈ ਹਾਂਜੀ ਕਹਿੰਦਾ ਜੀ ਜੋ ਆਉਂਦੀ ਆ ਉਹਨੂੰ ਟੀਕਾ ਲੱਗਦਾ ਟੀਕਾ ਲੱਗ ਕੇ ਫਿਰ ਹਰ ਇੱਕ ਵੀਕ ਉਹ ਖੁੱਲਦਾ ਅੱਛਾ ਹੈ ਨਾ ਜੀ ਪੂਰਾ ਬਲੋਸਮ ਕਰਦਾ ਜੀ ਉਹ ਬਾਹਰ ਆਉਂਦਾ ਫਲਾਵਰ ਉਹਦੇ ਨਿਕਲਦੇ ਤਾਂ ਤਕਰੀਬਨ ਹਰ ਇੱਕ ਵੀਕ ਦੇ ਡਿਫਰੈਂਟ ਕਲਰ ਦੇ ਬੈਗ ਹੈ ਇਹਨੂੰ 12 ਹਫ਼ਤੇ ਲੱਗਣੇ ਜੀ ਪੂਰਾ ਤਿਆਰ ਹੋਣੇ ਨੂੰ ਅਤੇ ਮਤਲਬ ਜਦੋਂ ਅਸੀਂ 12 ਹਫ਼ਤੇ ਬਾਅਦ ਆਉਣਾ ਤਾਂ ਅਸੀਂ ਕਲਰ ਦੇਖ ਕੇ ਬੈਗ ਚੱਕਣਾ ਅੱਠ ਨੌ ਹਫ਼ਤਿਆਂ ਦੇ ਵਿੱਚ ਬਣੂਗਾ ਠੀਕ ਆ ਠੀਕ ਆ ਸੋ ਫਿਲਹਾਲ ਜਿਹੜਾ ਇਹ ਜਿਹੜੀ ਆਪਾਂ ਲਾਈਟ ਬਲੂ ਬੈਗ ਚੱਕ ਰਹੇ ਹਾਂ ਮੁੰਡੇ ਨੂੰ ਇੱਧਰ ਕਟਿੰਗ ਕਰ ਗਏ ਅੱਛਾ ਹਾਂ ਜੀ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਲਾਈਟ ਬਲੂ ਕਲਰ ਦਾ ਬੈਗ ਚੱਕ ਹੋ ਰਿਹਾ ਬਿਮਾਰੀ ਤੇ ਕੋਈ ਫੰਗਸ ਨਾ ਹੋਵੇ ਜੀ ਤੇ ਹੋਰ ਕੋਈ ਇਹਨੂੰ ਬਿਮਾਰੀ ਤੇ ਬਚਾਉਣ ਵਾਸਤੇ ਇਹ ਟੀਕਾ ਲਾ ਦੇਖੋ ਪਹਿਲੀ ਸਟੇਜ ਕੇਲੇ ਦੇ ਇਹ ਆ ਇਹ ਕਿੰਨੇ ਦਿਨਾਂ ਦਾ ਜਾਣੀ ਕਿ ਇਹ ਦੇਖੇ ਦੇਖੇ ਇਹ ਜਿਵੇਂ ਹੁਣ ਠੰਡ ਆਈ ਤਾਂ ਇਹ 2 ਹਫ਼ਤੇ ਗਿਰੀ ਹੋਊਗੀ ਬੈਲ ਲੱਗਣ ਤੋਂ ਬਾਅਦ ਜੇ ਆਹੀ ਚੀਜ਼ ਸਮਰ 'ਚ ਪੂਰਾ ਆਪਣਾ ਦਸੰਬਰ ਮਹੀਨੇ 'ਚ ਲੱਗੀ ਹੁੰਦੀ ਪਹਿਲਾਂ ਫੁੱਲ ਨਿਕਲਦਾ ਮਗਰ ਪਿੱਛੋਂ ਆ ਕੇ ਦੇਖਣੀ ਇੱਧਰੋਂ ਆ ਕੇ ਥੋੜ੍ਹੇ ਪਿੱਛੇ ਨਾ ਉਹਦੇ ਵਿਚਾਲੇ ਸੈਂਟਰ ਦੇ ਵਿੱਚ ਲੰਬਾ ਜਿਹਾ ਪਾਰਟ ਆਇਆ ਹੋਇਆ ਉਹ ਆਇਆ ਸਭ ਤੋਂ ਪਹਿਲਾਂ ਉਹ ਨਿਕਲੂਗਾ ਬਾਹਰ ਅੱਛਾ ਅੱਛਾ ਉਹਨੂੰ ਹਿੱਟ ਕਰਨਾ ਉਹ ਇੱਦਾਂ ਗਿਰਨਾ ਉਹਨੇ ਫਿਰ ਆਪ ਹੀ ਗਿਰਨਾ ਫਿਰ ਉਹਨੇ ਇਸ ਤਰ੍ਹਾਂ ਦਾ ਬਣ ਜਾਣਾ ਇਸ ਤਰ੍ਹਾਂ ਆ ਕੇ ਗਿਰ ਜਾਣਾ ਫਿਰ ਇਸ ਤੋਂ ਬਾਅਦ ਪ੍ਰੋਸੈਸ ਇੱਥੇ ਹੁਣ ਇਹਦੇ 'ਤੇ ਬੈਗ ਕਦੋਂ ਚੜੂਗਾ ਫਿਰ ਜਦ ਇਹਦੇ ਮਤਲਬ ਕਿ ਯਾਰ ਜੇ ਤਾਂ ਤੁਸੀਂ ਕੁਆਲਿਟੀ ਰੱਖਣੀ ਤਾਂ ਤੁਸੀਂ ਜਦ 2 ਹੈਂਡ ਦਿਖਣ ਲੱਗੇ ਤੁਹਾਨੂੰ 2 ਹੈਂਡ ਖੁੱਲ ਗਏ ਇਹਦੇ ਦਿਖਣ ਲੱਗ ਗਏ ਤਾਂ ਉਹਦੇ ਪਰ ਬੈਗ ਚੜਾ ਦਿਓ ਜੀ ਬਸ ਠੀਕ ਹੈ ਉਹ ਚੜਿਆ ਹੋਇਆ ਉਹ ਦੇਖੋ ਜੀ ਉਹ ਮੈਂ ਇਹ ਹੁਣ ਇਹਦੇ 'ਤੇ ਇਹਨੂੰ ਬੈਗ ਚੜ੍ਹ ਗਿਆ ਇਹਦੇ ਵਿੱਚੋਂ ਹੁਣ ਨਿਕਲ ਗਿਆ ਹਾਂਜੀ ਹੁਣ ਜਦੋਂ ਬੈਗਰ ਜਿਹੜਾ ਆਊਗਾ ਮਸ਼ੀਨ ਲੈ ਕੇ ਉਹ ਸਾਫ਼ ਕਰੀ ਜਿਹੜੀ ਪੱਤੀ ਉਹ ਸਾਰੇ ਨੂੰ ਤੋੜੀਗਾ ਅੱਛਾ ਅਤੇ ਇਹਦਾ ਜਦ ਇਹ ਲੰਬੀ ਹੋ ਜਾਂਦੀ ਹੈ ਫਿਰ ਉਹ ਤੋੜ ਦਿੰਦੇ ਹਾਂ ਉਹ ਟੁੱਟੀ ਹੋਈ ਹੈ ਉਹ ਟੁੱਟ ਕੇ ਬਸ ਦੋ ਤਿੰਨ ਹੈਂਡ ਕਲੀਨ ਕਰ ਦਿੰਦੇ ਹਾਂ ਕੱਟ ਦਿੰਦੇ ਹਾਂ ਚਲੋ ਅੱਗੇ ਆਪਾਂ ਦੇਖੀਏ ਇਹ ਰਾਣਾ ਡਰਾਈਵਰ ਆ ਜੀ ਬਹੁਤ ਖਤਰਨਾਕ ਦੋਨਾਂ ਦੀ ਬਣਾ ਲਿਓ ਜੀ ਇੱਕ ਪਹਿਲਾਂ ਆਹ ਕੱਟ ਦਿੰਦਾ ਆ ਲੈਣਾ ਜਿੰਨੀਆਂ ਘੱਟ ਆ ਜੀ ਹਾਂ ਹਾਂ ਗ੍ਰੀਨ ਲੋਡ ਦੇ ਵਿੱਚ ਜਾਣੀਆਂ ਨੇ ਅੱਛਾ ਜਦੋਂ ਇਹ ਇਹੋ ਜਿਹਾ ਹੋ ਜੂਗਾ ਉਦੋਂ ਇਹਨੂੰ ਆਪਾਂ ਚੈੱਕ ਕਰ ਦਾਂਗੇ ਓਕੇ ਪਿੱਕ ਕਰ ਲਾਂਗੇ ਓਕੇ ਸੋ ਹੁਣੇ ਮੁੰਡਾ ਕੱਟ ਲਾਗਾ ਪਹਿਲਾਂ ਕੱਟ ਚਾਹੀਦਾ
ਚੈੱਕ ਕਰ ਲੈਣੇ ਦੇਖੋ ਤੇ ਹੁਣ ਇਹਨੇ ਕੱਟਣਾ ਦੇਖੋ ਪਹਿਲਾਂ ਇਹਦੇ ਇੱਥੇ ਕੱਟ ਲਾ ਲਿਆ ਇਹਨੂੰ ਨੀਵਾਂ ਕਰ ਲਿਆ ਇਹ ਸਮਾਧ ਭਾਈ ਵਾਲਾ ਜੀ ਬਹੁਤ ਖਤਰਨਾਕ ਬੰਦਾ ਮਿੱਤਰੋ ਕੰਮ ਬਣਾਉਂਦੇ ਦਾ ਰਾਣਾ ਜੀ ਬਹੁਤ ਖਤਰਨਾਕ ਬੰਦਾ ਜੀ ਇਸ ਫਿਲ ਦਾ ਬੜੀ ਮੈਂ ਤੇਜ਼ੀ ਦਾ ਬੜੀ ਦੇਖੀ ਕੰਮ ਕਰ ਬੜੇ ਮੁੰਡਿਆਂ ਨੇ ਇੱਕ ਸੈਕਿੰਡ ਵੀ ਬੰਚ ਕੱਟਿਆ ਤੇ ਲੈ ਗਏ ਪਰ ਆਹ ਹੁਣ ਵੱਢਦਾ ਇਹ ਖਤਮ ਇਹ ਖਤਮ ਨਹੀਂ ਹੋਈ ਬਾਈ ਜੀ ਨੇ ਇਹਦੀ ਪ੍ਰੋਸੈਸਿੰਗ ਸ਼ੁਰੂ ਹੋਈ ਹੈ 2 ਸਾਲ ਪਹਿਲਾਂ ਜਦ ਅਸੀਂ ਪਲਾਂਟ ਕੀਤਾ ਅੱਛਾ ਤਾਂ ਸਭ ਤੋਂ ਪਹਿਲਾਂ ਇਹਦੇ ਪਿੱਛੇ ਹੋਊਗੀ ਜੀ ਅੱਛਾ ਜਿੱਥੇ ਅਸੀਂ ਪਲਾਂਟ ਕੀਤਾ ਸੀ ਅੱਛਾ ਜਦੋਂ ਪਲਾਂਟ ਨੇ ਬੰਚ ਦਿੱਤਾ ਉਹ ਤਾਂ ਅਗਲਾ ਸਰਕਾਰ ਜਿਵੇਂ ਉਹਨੂੰ ਕਹਿੰਦੇ ਨੇ ਮਦਰ ਸੀ ਉਹ ਅੱਛਾ ਉਹ ਮਦਰ ਸੀ ਮਦਰ ਨੇ ਸਨ ਅਸੀਂ ਸਿਲੈਕਟ ਕਰਨਾ ਕਿ ਕਿਹੜਾ ਸਨ ਰੱਖਣਾ ਅੱਛਾ ਬੂਟੇ ਦਾ ਕਿਹੜੀ ਸਿਲੈਕਸ਼ਨ ਕਰਨੀ ਤਾਂ ਅਸੀਂ ਉਹ ਸਿਲੈਕਟ ਕੀਤਾ ਉਹ ਤੋਂ ਬਾਅਦ ਇਹ ਤੁਰਿਆ ਅੱਗੇ ਹੁਣ ਇਹ ਜਿਵੇਂ ਕੱਟ ਲਿਆ ਇੱਥੋਂ ਫਰੂਟ ਲੈ ਲਿਆ ਪਰ ਇਹ 'ਚ ਹਜੇ ਕੇਲਾ ਜੀ 90% ਪਾਣੀ ਹੈ ਹਾਂ ਹਾਂ ਇਹ 'ਚ ਸਾਰਾ ਨਿਊਟ੍ਰੀਸ਼ਨ ਗਿਆ ਹੋਇਆ ਪੁਰਾਣਾ ਜ਼ਮੀਨ 'ਚ ਹਾਂ ਤਾਂ ਹੁਣ ਇਹਦਾ ਆਪਣਾ ਸਾਰਾ ਨਿਊਟ੍ਰੀਸ਼ਨ ਹੁਣ ਇਹਨੇ ਮਰਨਾ ਸੁੱਕਣਾ ਹਾਂ ਹੁਣ ਇਹਨਾਂ ਆਪਣੇ ਗਾਹਾਂ ਬੱਚੇ ਹਾਂ ਇੱਧਰ ਬੱਚਾ ਪਿਛਲੇ ਪਾਸੇ ਆਹ ਬੱਚੇ ਨੇ ਹੁਣ ਗਰੋ ਕਰਨਾ ਨਵਾਂ ਬੱਚਾ ਗਰੋ ਹੋਣ ਲੱਗਾ ਫਿਰ ਤਾਂ ਕਹਿਣ ਦਾ ਭਾਵ ਆ 6-7 ਸਾਲਾਂ ਜਿੱਥੋਂ ਤੁਸੀਂ ਬੀਜਿਆ ਸੀ ਉੱਥੋਂ ਕਿਤੇ ਹੋਰ ਚਲਿਆ ਜਾਂਦਾ ਚਲੇ ਅੱਗੇ ਅੱਗੇ ਜਾਈ ਜਨਰੇਸ਼ਨ ਆਹ ਨਿਕਲਿਆ ਇਹ ਅਸੀਂ ਮਾਰਨਾ ਜੀ ਇਹ ਮਾਰਨਾ ਇੱਕ ਕਿਉਂਕਿ ਇਹ ਮਦਰ ਦੇ ਕੋਲ ਨਹੀਂ ਮਦਰ ਤੋਂ ਦੂਰ ਹੈ ਅੱਛਾ ਇਹਨੂੰ ਫਿਰ ਉੱਖਰ ਫੀਡ ਕਰਨਾ ਔਖਾ ਹੋਜੂਗਾ ਇਹ ਹਾਂਜੀ ਮਤਲਬ ਕਿ ਇਹਦਾ ਇਹ ਵਾਟਰੀ ਸ਼ੱਕਰ ਬਣੂਗਾ ਇਹਦਾ ਕੋਈ ਤੁਹਾਨੂੰ ਬੰਚ ਤਗੜਾ ਨਹੀਂ ਆਉਣਾ ਮਤਲਬ ਕਿ ਗਰੋਥ ਚੰਗੀ ਨਹੀਂ ਕਰਨੀ ਅੱਛਾ ਅੱਛਾ ਗਰੋਥ ਉਹੀ ਬੂਟਾ ਚੰਗਾ ਕਰੂਗਾ ਜੀ ਤਾਂ ਪਾਣੀ ਮਿਲੂਗਾ ਜੜ ਚੋਂ ਜੜ ਚੋਂ ਤੇ ਆਹ ਬੇਚਾਰੇ ਜਮੇ ਛੋਟੇ ਮਰੇ ਹੋਏ ਇਹ ਨਹੀਂ ਇਹ ਪ੍ਰੂਨ ਕਰੇ ਹੋਏ ਇਹ ਪ੍ਰੂਨ ਕਰਿਆ ਪਹਿਲਾਂ ਜਦੋਂ ਬੈਕ ਕਰ ਲਏ ਬੈਕ ਚਲਾਣੇ ਥੱਲੇ ਦੇਖੋ ਸਾਇਲ ਚੰਗਾ ਬਣ ਜੇ ਉਹਦੇ ਬਾਰੇ ਵੀ ਦੱਸ ਦਿਓ ਭਾਜੀ ਫਿੰਗਰਾਂ ਦਾ ਕਿਵੇਂ ਆ ਫਿੰਗਰ ਤਕਰੀਬਨ ਜੀ ਬੰਚ ਜਿਹੜਾ ਸਾਡਾ ਉਰੇ ਐਵਰੇਜ ਸਾਈਜ਼ ਹੈ ਤਾਂ ਇੱਕ ਬੰਚ 'ਚੋਂ 9 ਜਾਂ 10 ਹੈਂਡ ਆਉਂਦੇ ਹਾਂ 9-10 ਹੈਂਡ 'ਚੋਂ ਤੁਸੀਂ ਬੰਚ ਦਾ ਸਾਈਜ਼ ਜੇ ਬੜਾ ਲੈਣਾ ਜੀ ਜੇ ਤੁਸੀਂ ਥੱਲੇ ਦੇ ਪ੍ਰੂਨ ਨਹੀਂ ਕਰੋਗੇ ਤਾਂ ਤੁਹਾਡੇ ਹੈਂਡ ਦਾ ਸਾਈਜ਼ ਬਹੁਤ ਛੋਟਾ ਰਹਿ ਜਾਣਾ ਮਾਰਕੀਟ 'ਚ ਉਹਦੀ ਵੀ ਕੰਪਲੇਂਟ ਹੈ ਜੀ ਜੇ ਫਰੂਟ ਦਾ ਸਾਈਜ਼ ਬਹੁਤਾ ਬੜਾ ਹੋ ਗਿਆ ਉਹਦੀ ਵੀ ਕੰਪਲੇਂਟ ਹੈ ਉਹਨੂੰ ਮੈਨੇਜ ਕਰਨੇ ਨੂੰ ਕਿ ਸਾਰਿਆਂ ਨੂੰ ਸਾਰੇ ਹੈਂਡਾਂ ਨੂੰ 7-8 ਹੈਂਡਾਂ ਨੂੰ ਪ੍ਰੋਪਰ ਫੀਡ ਜਾਵੇ ਤਾਂ ਹੇਠਾਂ ਵਾਲੇ 2-3 ਹੈਂਡ ਉਹ ਤਾਂ ਹਰੇਕ ਫਰੂਟ 'ਚ ਹੀ ਆ ਹਾਂ ਹਾਂ ਸੋ ਬਹੁਤ ਵਧੀਆ ਪ੍ਰੋਸੈਸ ਹੈ ਜੀ ਬੜੀ ਤੇਜ਼ੀ ਨਾਲ ਚੱਲ ਰਿਹਾ ਪਰ ਆਹ ਜ਼ਰੂਰ ਆ ਵੀ ਜਿਵੇਂ ਇੱਕ ਤਾਂ ਭਾਦੋਂ ਦੀ ਪੜਦਾ ਤੇ ਇੱਕ ਗਿੱਲਾ ਸਿੱਲਾ ਮੌਸਮ ਪਾਣੀ ਤੇ ਇੱਕ ਬੰਚ 'ਚ ਵੀ ਉੱਤੇ ਪਾਣੀ ਪੈਂਦਾ ਇਹ ਮਤਲਬ ਯੂਜ਼ ਟੂ ਹੋਈ ਜਾਂਦਾ ਫਿਰ ਯੂਜ਼ ਟੂ ਹੋ ਜਾਂਦਾ ਫਿਰ ਯੂਜ਼ ਟੂ ਹੋ ਜਾਂਦਾ ਬੰਦਾ ਸੋ ਅਸੀਂ ਇੱਕ ਅੱਧਾ ਬੰਚ ਹੋਰ ਵੱਢਦੇ ਬਾਈ ਜੀ ਦਿਖਾ ਦਿਓ ਤੇ ਫਿਰ ਆਪਾਂ ਚੱਲੀਏ ਇਹ ਹੰਪਿੰਗ ਕਹਿੰਦੇ ਆ ਜੀ ਇਹਨੂੰ ਇਹ ਹੰਪਿੰਗ ਇਹ ਮੇਨ ਮਕਸਦ ਭਾਈ ਇਹਦਾ ਇਹ ਹੈ ਕਿ ਫਰੂਟ ਦਾ ਜੇ ਸਾਡੇ ਦਾ ਸਾਈਜ਼ ਬੜਾ ਹੈ ਤੁਹਾਡੇ ਪ੍ਰੋਪਰਲੀ ਮੈਨੇਜ ਨਹੀਂ ਹੋਣਾ ਮੋਢੇ ਪਰ ਰੱਖਣਾ ਹਾਂ ਕਿ ਤੁਹਾਡੇ ਕੱਟਣੇ ਨੂੰ ਤੁਹਾਨੂੰ ਔਖਾ ਨਾ ਹੋ ਜਾਵੇ ਸਾਈਜ਼ ਲੈਂਥ ਲੰਬੀ ਹੈ ਕਿ ਤੁਹਾਡਾ ਨਾਈਫ ਨਹੀਂ ਪਾਉਂਦਾ ਇੱਕ ਬਰੂਜ਼ ਨਹੀਂ ਹੁੰਦਾ ਇੱਕ ਬੰਦਾ ਮੋਢੇ ਪਰ ਆਰਾਮ ਨਾਲ ਰੱਖ ਲੈਂਦਾ ਦੂਜਾ ਵੱਢ ਦਿੰਦਾ ਕਿਉਂਕਿ ਐਂਡ 'ਚ ਕੁਆਲਿਟੀ ਵਿਕਣੀ ਹੈ ਜੀ ਜੋ ਛੇਤੀ ਦੇ ਕੇ ਤੁਹਾਡੇ ਮੋਢੇ ਪਰ ਆ ਗਿਆ ਉੱਥੇ ਬਰੂਜ਼ ਪੈ ਜਾਣਾ ਉਹਦੇ ਪਰ ਬਣਾਉਣੇ ਪਰ ਦਾਗ ਪੈ ਗਿਆ ਉਹਨਾਂ ਕਹਿਣਾ ਮਾਰਕੀਟ ਬਰੂਜ਼ ਆ ਗਿਆ ਜੀ ਤਾਂ ਇਹ ਕਿ ਜਿੱਥੇ ਹਜੇ ਬੰਦਾ ਕੋਈ ਨਵਾਂ ਬਣਾਉਣੇ ਕੰਮ ਸਟਾਰਟ ਕਰਨ ਲੱਗਿਆ ਉਹਨੂੰ ਦੱਸਣੇ ਦਾ ਢੰਗ ਜਿਵੇਂ ਕਿੱਦਾਂ ਮੋਢੇ ਪਰ ਰੱਖਣਾ ਕਿਵੇਂ ਸੈੱਟ ਕਰਨਾ ਉਹਨੂੰ ਹੰਪਿੰਗ ਕਹਿੰਦੇ ਬਾਅਦ 'ਚ ਜਿਵੇਂ ਐਕਸਪਰਟ ਹੋ ਜਾਂਦਾ ਬੰਦਾ ਫਿਰ ਕਰਦੇ ਸੋ ਕਰੋ ਜੀ ਹੰਪਿੰਗ ਹੁਣ 2 ਜਣੇ ਮੁੰਡੇ ਕਰ ਰਹੇ ਆਪਾਂ ਜੀ ਕੱਟ ਲਾ ਦਿੱਤਾ ਪਹਿਲਾਂ ਤੁਸੀਂ ਬਾਅਦ ਦੇ ਵਿੱਚ ਇਹਦਾ ਇਲਾਜ ਜਿਹੜਾ ਹਾਂਜੀ ਜਿਹਨਾਂ ਦਾ ਜ਼ਿਆਦਾਤਰ ਜੀ ਪੋਜੀਸ਼ਨ ਹੀ ਹੁੰਦੀ ਹੈ ਸੱਕਰ ਦੀ ਤਾਂ ਸੱਕੇ ਨੂੰ ਤੁਸੀਂ ਹਮੇਸ਼ਾ
ਜਾਂ ਇਹ ਪੋਜੀਸ਼ਨ ਜਾਂ ਅੱਪ ਦਾ ਹਿੱਲ ਲੈ ਕੇ ਜਾਂਦੇ ਕਿ ਗਿਰਨ ਫਿਰ ਗਿਰਦਾ ਨਹੀਂ ਸਕਾ ਜਕੜ ਕੇ ਰੱਖਦੀ ਜਮੀਨ। ਹੁਣ ਅਸੀਂ ਇੱਧਰ ਤੋਰ ਰਹੇ ਜੀ ਸੱਕਾ ਕਿ ਸਾਰੇ ਸੱਕੇ ਤੁਸੀਂ ਦੇਖ ਰਹੇ ਕਿ ਉਹ ਉੱਧਰ ਨੂੰ ਜਾ ਰਿਹਾ ਉੱਧਰ ਨੂੰ ਜਾ ਰਿਹਾ, ਤਾਂ ਹੁਣ ਇਹ ਫਾਲਤੂ ਸੱਕਾ ਅਸੀਂ ਇਹ ਸੱਕਾ ਸਿਲੈਕਟ ਕਰਨਾ ਇਹਦਾ, ਤਾਂ ਸੱਕਾ ਅਸੀਂ ਵੱਢ ਦੇਣਾ, ਜਾਂ ਤਾਂ ਅਸੀਂ ਇਹਨੂੰ ਵੱਢ ਕੇ ਨਾਈਫ ਨਾਲ ਵੱਢ ਹੋ ਜਾਂਦਾ ਵਿੱਚ ਡੀਜ਼ਲ ਪਾ ਹੋ ਜਾਂਦਾ, ਅੱਛਾ, ਜਾਂ ਫਿਰ 240 ਹੈ ਜੀ ਦਵਾਈ, 240 ਦਵਾਈ ਆਪਾਂ ਇਹਨੂੰ 240 ਹਾਂ ਡਰੋਪ ਹੈ ਵੀ ਇਹ ਵੀ ਪੈ ਜਾਣਾ, ਅੱਛਾ ਹਾਂਜੀ ਹਾਂ ਹੋਰ ਮਹਿਸੂਸ ਹੋਈ ਇੱਥੇ ਆ ਕੇ ਵੀ ਬੰਦਾ ਨਾ ਕਤਲੇਆਮ ਜੇ ਕਰਨ ਵਾਲਾ ਤੇ ਝੜਕਈ ਜੀ ਟਾਈਮ ਦੀ ਫੀਲਿੰਗ ਨਹੀਂ ਆਉਂਦੀ ਵਾਲੀ, ਆਹੂ ਲਾਹ ਦੇ ਵਾਲੀ ਉਹ ਨਿੱਕਾ ਮੈਂ ਵੀਡੀਓ ਗੇਮ ਖੇਡਦਾ ਰਿਹਾ ਹੋਵੇ ਬੰਦਾ, ਉਹ ਮੁੰਡੇ ਦੇ ਫਰੀ ਨੇ ਦੱਸ ਪਏ ਕੱਲ੍ਹ ਦੇਖੇ ਨੇ ਅਸਲੀ ਜਿੰਮ ਮਾਰ ਕੇ ਜਿਹੜਾ ਬਾਹਰੋਂ ਆਉਂਦਾ ਬੰਦਾ ਇਹਨਾਂ 'ਚ ਇਕੱਠਾ ਜਿਹਾ ਹੋ ਕੇ ਬਹਿੰਦਾ ਉਹ ਟਰੈਵਲਿੰਗ ਕਰਦੇ ਆ ਜੀ। ਅੱਛਾ ਇਹ ਹੁਣ ਆਪਾਂ ਜਿਹੜਾ ਖਾਦ ਦੀ ਤੁਸੀਂ ਗੱਲ ਕਰ ਰਹੇ ਸੀ, ਖਾਦ ਕਿੰਨੀ ਕੁ ਪਾਉਣੀ ਤੁਸੀਂ, ਮਤਲਬ ਕਿ ਜਿਹੜੀ ਰਿਕਮੈਂਡਿਡ ਹੈ ਜੀ, ਮਤਲਬ ਆਪਾਂ ਨੂੰ ਐਗਰੋਨੋਮਿਸਟ ਵੀ ਦੱਸਦੇ ਆ ਉਰੇ ਜਾਂ ਕਿ ਚਲੋ ਬਨਾਨਾ ਜਿਹੜੇ ਪੁਰਾਣੇ ਕਰਦੇ ਆ, ਤਾਂ ਤੁਹਾਨੂੰ ਜੀ 375 ਕਿਲੋ ਅਤੇ 375 ਕਿਲੋ ਜੀ ਤਕਰੀਬਨ ਏਕੜ ਦੀ ਪਾਉਣੀ ਪੈਂਦੀ ਜੀ ਮਹੀਨੇ ਦੀ, ਮਹੀਨੇ ਦੀ 4.25 ਕੁਇੰਟਲ ਪਰ ਏਕੜ, ਪਰ ਏਕੜ ਜੀ। ਇਹ ਤਾਂ ਖਾਦ ਤਾਂ ਬਿੱਲੀ ਨਹੀਂ ਪੂਰਾ ਹੋਣਾ, ਮੇਰੇ ਤਾਂ 12 ਕਿੱਲੇ ਸੰਤਰਿਆਂ ਦੀ ਨਹੀਂ ਪੈਂਦੀ, ਸੋਰੀ ਪਰ ਏਕੜ ਦੀ, ਪਰ ਹੈਕਟੇਅਰ, ਪਰ ਹੈਕਟੇਅਰ, ਪਰ ਹੈਕਟੇਅਰ। ਅਤੇ ਪੌਣੇ ਕਿਹੜੀ ਕਿਹੜੀਆਂ, ਸਭ ਕੁਛ ਚਾਹੀਦਾ ਜੀ ਇਹਨੂੰ, ਪੋਟਾਸ ਚਾਹੀਦੀ ਹੈ, ਇਹਨੂੰ ਸੁਪਰ ਚਾਹੀਦੀ ਹੈ, ਇਹਨੂੰ ਜ਼ਿੰਕ ਬੋਰਾਨ ਤੋਂ ਲੈ ਕੇ ਜੀ, ਮੈਗਨੀਸ਼ੀਅਮ ਤੋਂ ਲੈ ਕੇ ਕੈਲਸ਼ੀਅਮ, ਮਤਲਬ ਕਿ ਤੁਹਾਨੂੰ ਕਈ ਖਾਦਾਂ ਦਾ ਮਿਕਸਚਰ ਮਿਲ ਜਾਂਦਾ ਜੀ, ਕਈ ਖਾਦਾਂ ਤੁਹਾਨੂੰ ਸੈਪਰੇਟ ਪਾਉਣੀਆਂ ਪੈਣ, ਜਿਵੇਂ ਕੈਲਸ਼ੀਅਮ ਹੁੰਦੀ, ਲਾਈਮ ਹੋ ਗਿਆ, ਇਹ ਤੁਹਾਨੂੰ ਸੈਪਰੇਟ ਕਰਨਾ ਪੈਂਦਾ ਸਾਲ 'ਚ ਇੱਕ ਚਾਹ, ਉਹ ਕੰਪਨੀ ਹੈਗੀ ਹੈ ਜੀ ਉਹਦੇ ਜਵਾਬ ਦੇ ਟਰੈਕਟਰ ਹੁੰਦੇ ਨਾਲ ਉਹ ਸਪਰੈਡ ਕਰ ਦਿੰਦੇ, ਮਤਲਬ ਕਿ ਲੇਅਰ ਸੌਟ ਆਫ ਪਨਿਸ਼ਮੈਂਟ ਬਚਾ ਦਿੰਦੇ ਬੈਡਾਂ ਪਰ, ਜਿੱਥੇ ਤੁਹਾਡਾ ਪਛਾਣਾ ਲਓ ਜੀ ਆਪਾਂ ਹੁਣ ਪਾਣੀ ਦੇ ਸਿਸਟਮ 'ਤੇ ਆ ਗਏ ਹਾਂ, ਪਾਣੀ ਦਾ ਸਿਸਟਮ ਕੀ ਕਹਿੰਦਾ ਉਹ ਦੇਖਦੇ ਹਾਂ। ਲਓ ਜੀ ਇਹ ਪਾਣੀ ਦਾ ਸਿਸਟਮ ਕੰਟਰੋਲ ਸਾਰੇ ਇੱਥੇ ਆ ਜਾਣੀ ਕੀ ਕਹਿੰਦਾ। ਹਾਂਜੀ ਇਹ ਭਾਈ ਉਰੇ ਆਪਣੇ ਜਿਵੇਂ ਗਰਾਊਂਡ ਵਾਟਰ ਕਈ ਏਰੀਆ 'ਚ ਘੱਟ ਹੈਗਾ, ਕਈ ਏਰੀਆ 'ਚ ਬਹੁਤ ਘੱਟ ਹੈ, ਜਿਵੇਂ ਆਪਣੇ ਕਾਉਲੀ ਸਾਈਡ ਹੋ ਗਿਆ ਸਾਡਾ, ਇੱਧਰ ਪਾਣੀ ਪਾਉਂਦਾ ਜ਼ਮੀਨ, ਹੁਣ ਆਪਣਾ ਅਸੀਂ ਬੋਰ ਹੋਇਆ ਹੋਇਆ 50 ਫੁੱਟ 'ਤੇ ਬੋਰ ਹੋਈ, 50 ਫੁੱਟ 'ਤੇ ਹਾਂਜੀ ਤਾਂ ਪਾਣੀ ਉੱਚਾ ਹੀ ਇੱਥੇ, ਪਾਣੀ ਉੱਚਾ ਅਤੇ 20 ਫੁੱਟ 'ਤੇ ਮੋਟਰ ਰੱਖ ਹੋਈ ਵੀ ਹੈ ਜੀ, ਝੋਨਾ ਨਹੀਂ ਲਾਉਂਦੇ ਫਿਰ ਇੱਥੇ ਮੱਛੀ ਮੋਟਰ ਜੀ, ਝੋਨਾ ਨਹੀਂ ਬੀਜਿਆ ਕਰ, ਝੋਨਾ ਸਟਾਰਟ ਕਰ ਰਹੇ ਹਾਂ ਜੀ, ਟਾਲੀ ਸਟਾਰਟ ਕਰੇ, ਹਾਂਜੀ ਉੱਥੇ ਝੋਨਾ ਸਟਾਰਟ ਕਰੇ, ਇਹ ਪਾਣੀ ਫਿਰ ਆ ਗਿਆ ਤੋਂ ਬਾਅਦ ਸਾਰਾ ਡਿਸਟ੍ਰੀਬਿਊਟ ਕੀਤਾ ਹੋਇਆ, ਇਹ ਫਿਲਟਰ ਹੈ ਜੀ, ਫਿਲਟਰ ਹੈ ਜੀ, ਜੇ ਮਾੜੀ ਮੋਟੀ ਸੈਂਡ ਹੈ ਤਾਂ ਇਹਨਾਂ ਨੇ ਉਹਨੇ ਆਪੇ ਉਹਨੂੰ ਜਦੋਂ ਦੇਖਿਆ ਵੀ ਕੈਪੈਸਿਟੀ ਘੱਟ ਗਈ 70-80% ਹੋ ਗਈ ਸਾਡੀ, ਉਹਦਾ ਸੈਂਡ ਜ਼ਿਆਦਾ ਸੈਂਡ ਕਰਕੇ ਮਤਲਬ ਘੰਟੇ ਪਰ ਲਾਇਆ ਹੋਇਆ, ਉਹ ਜਿਹੜਾ ਆਪਣਾ ਦੇਖੀਏ ਉਹ ਕੰਟਰੋਲ ਮੇਨ ਲਾਈ ਜਾਂਦੀ ਹੈ ਜੀ, ਡਿਸਟ੍ਰੀਬਿਊਟ ਕਰਦੀ ਅੱਗੇ ਜਾ ਕੇ ਪੈਣ ਪੈਣ 'ਚ, ਅਤੇ ਆਹ ਕੰਟਰੋਲਰ ਹੈ ਜੀ ਆਪਣਾ ਆਟੋਮੈਟਿਕ ਸਾਰਾ, ਮਤਲਬ ਕਿ ਸਾਡੇ ਹੁਣ 8 ਪੈਚ ਬਣੇ ਹੋਏ ਜੀ ਉਹਦੇ, ਤਕਰੀਬਨ 7-8 ਏਕੜ ਦਾ ਇੱਕ ਪੈਚ ਹੈ ਜੀ, ਅਤੇ ਸਾਰਾ ਆਟੋਮੈਟਿਕ ਸਿਸਟਮ ਹੈ, ਉਰੇ ਸਾਰੀ ਪ੍ਰੋਗਰਾਮਿੰਗ ਹੋ ਜਾਣੀ ਹੈ ਕੰਟਰੋਲਰ 'ਚ ਕਿ ਕਿੰਨੇ ਵਜੇ ਕਿਹੜਾ ਬਲੋਕ ਚੱਲੇ, ਜਾਂ ਤੁਸੀਂ ਪੂਰੇ ਹਫ਼ਤੇ ਦਾ ਰਿਪੀਟ ਲਾ ਦਿਓ ਕਿ ਇਹ ਬਲੋਕ ਨੂੰ 2 ਘੰਟੇ ਪਾਣੀ ਚੱਲਿਓ, ਅਤੇ ਵਿੱਚ ਇਹਦੇ ਵਿੱਚ ਡੋਜ਼ਿੰਗ ਦੇਖਦੇ ਹੋ ਤੁਸੀਂ, ਇਰੀਗੇਸ਼ਨ ਪਲੱਸ ਡੋਜ਼ਿੰਗ ਜਿੰਨੀ ਤੁਸੀਂ ਫੀਡ ਕਰਨਾ ਨੂੰ, ਉਹ ਆਪਣੇ ਸ਼ੈੱਡ ਪਿੱਛੇ ਬਣੇ ਹੋਏ ਜੀ ਟੈਂਕ, ਅੱਛਾ ਇਹਨੇ ਆਪਣੇ ਪ੍ਰੋਗਰਾਮ ਸੈੱਟ ਕਰ ਦੇਣਾ ਕਿ ਤੈਂ 20 ਮਿੰਟ ਪਾਣੀ ਚੱਲਣਾ, 20 ਮਿੰਟ ਪਾਣੀ ਚੱਲਣ ਤੋਂ ਬਾਅਦ ਆਪਣਾ ਜੀ ਕਿ 15 ਮਿੰਟ ਆਪਾਂ ਨੂੰ ਡੋਜ਼ਿੰਗ ਚਾਹੀਦੀ, ਠੀਕ ਹੈ, ਤਾਂ ਇਹਨੇ ਆਟੋਮੈਟਿਕਲੀ ਇਹਨੇ 15 ਮਿੰਟ ਪਾਣੀ ਚਲਾਉਣਾ, ਉਹ ਤੋਂ ਬਾਅਦ ਉੱਧਰ ਤੋਂ ਮੋਟਰ ਨੇ ਚੱਲ ਪੈਣਾ, ਪੂਰਾ ਕਹਿ ਸਕਦੇ ਹਾਂ ਜੇ ਹੁਣ 60-65 ਕਿੱਲੇ ਕੇਲੇ ਦੇ ਵਿੱਚ ਪਾਣੀ ਦਾ ਕੰਮ ਸਾਂਭਣਾ ਹੋਵੇ
ਪੰਜ ਚਾਰ ਬੰਦਿਆਂ ਦਾ ਕੰਮ ਆ ਜਾਂ ਇਕੱਲਾ ਡੱਬਾ ਸਾਰਾ ਸਾਂਭੀ ਬੈਠਾ ਇਹਨੂੰ ਤੁਸੀਂ ਇੰਟਰਨੈਟ ਨਾਲ ਤਾਂ ਨਹੀਂ ਕੰਟਰੋਲ ਹੋ ਸਕਦਾ ਹੁੰਦਾ ਉਹ ਥੋੜਾ ਮਹਿੰਗਾ ਰੇਡੀਓ ਨਾਲ ਕੰਟਰੋਲ ਹੋ ਰਿਹਾ ਮੋਬਾਈਲ ਨਾਲ ਉਹ ਥੋੜਾ ਮਹਿੰਗਾ ਸਿਸਟਮ ਪੈਂਦਾ ਮੈਂ ਵੀ ਲਵਾਇਆ ਹੁਣ ਮੈਂ ਇੰਟਰਨੈਟ ਕੰਟਰੋਲ ਕਰਿਆ ਨਾਲ ਉਹ ਬੜਾ ਸੌਖਾ ਹੋ ਗਿਆ ਜੀ ਪਾਣੀ ਹੈ ਜਿਹੜਾ ਉਹ ਖੇਤੀ 'ਚ ਕੰਮ ਨਹੀਂ ਰਿਹਾ ਮਤਲਬ ਖੇਤੀ ਹੁਣ ਸੁਨੇਹਾ ਹਾਥੀ ਹੋ ਚੱਲੀ ਹੈ ਹਾਂ ਸੁਨੇਹਾ ਹਾਥੀ ਖੇਤੀ ਕਰਮਾ ਸੇਤੀ ਨਹੀਂ ਖੇਤੀ ਸੁਨੇਹਾ ਹਾਥੀ ਵਧੀਆ ਨਾਮ ਦਿੱਤਾ ਸੀ ਜਿਹੜਾ ਪਹਿਲਾਂ ਹੁੰਦਾ ਸੀ ਪੂਰੇ ਅਸੀਂ ਫਰਟੀਲਾਈਜ਼ਰ ਪਾਉਂਦੇ 25-25 ਕਿਲੋ ਵਾਲੇ ਚਾਹੀਦੇ ਅੱਛਾ ਇਹ 'ਚ ਪਹਿਲਾਂ ਮਿਕਸ ਕਰਦੇ ਸੀ ਹਾਂਜੀ ਹਾਂਜੀ ਪਰ ਉਹ ਵੀ ਇੱਕ ਬੰਦੇ ਦੀ ਸਾਰੀ ਜੋਬ ਐਚੀ ਸੀ ਹਾਂ ਜੀ ਮਿਕਸ ਕਰਦਾ ਹਾਂ ਮਿਕਸ ਕਰਨ ਉਹਨਾਂ ਪਾਈ ਜਾਣ ਰੋਲ ਚੇਂਜ ਕਰੀ ਜਾਣੇ ਪਹਿਲਾਂ ਅਸੀਂ ਲਾਂਗ ਮੇਰੇ ਕਰੇ ਜੀ ਅੱਛਾ ਪਹਿਲਾਂ ਮੈਨੂਅਲ ਸੀ ਸਾਰਾ ਹਾਂ ਪੂਰੇ ਪਾਈ ਜਾਣਾ ਅਤੇ ਉਹਨਾਂ ਚੇਂਜ ਕਰੀ ਜਾਣਾ ਫੇਰ ਪਾਉਣੇ ਆ ਕੇ ਥੈਲੇ ਮਿਕਸ ਕਰਨੇ ਉਹਨੂੰ ਕੱਢਣਾ ਹੁਣ ਆਪਣੇ ਸ਼ੈੱਡ ਦੇ ਪਿੱਛੇ ਜੀ 11,000 ਲੀਟਰ ਦਾ ਟੈਂਕ ਉਹਦੇ ਵਿੱਚ ਆਪਾਂ ਟਨ 2 ਟਨ ਖਾਦ ਕਰਕੇ ਉਹ ਜੇ ਡਬਲ ਮੋਟਰ ਸਿਸਟਮ ਹੀ ਹੈ ਘੋਲਣ ਵਾਲਾ ਸਾਰਾ ਵੀ ਉਹ ਮੈਂ ਵੀ ਲਾਇਆ ਮੈਂ ਐਜੀਟੇਟਰ ਹੈ ਜੀ ਉਹਦੇ ਆਪ ਐਜੀਟੇਟ ਕਰਦਾ ਉਹ ਟਨ ਖਾਦ ਗੇਰੋ ਵਿੱਚ ਉਹਨੇ ਘੰਟੇ 2 ਘੰਟੇ ਦੇ ਵਿੱਚ ਸਾਰੀ ਮਿਕਸ ਕਰ ਦੇਣੀ ਉਹਦੇ ਬਾਅਦ ਸਿਸਟਮ ਲਾ ਦਿਓ ਬਣਾ ਕੇ ਚਲੀ ਹਾਂ